ਜੇਕਰ ਤੁਹਾਡੇ ਬੱਚੇ ਵੀ ਫਜ਼ੂਲ ਖਰਚੀ ਕਰਦੇ ਨੇ ਅਤੇ ਔਨਲਾਈਨ ਪੇਮੈਂਟ ਕਰਦੇ ਨੇ, ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਹੋਰ ਆਸਾਨ ਤਰੀਕਾ ਆ ਗਿਆ ਜਿਸ ਦੇ ਨਾਲ ਤੁਹਾਡੇ ਬੱਚੇ ਫਜ਼ੂਲ ਖਰਚੀ ਨਹੀਂ ਕਰਨਗੇ, ਤਾਂ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰੋਕ ਸਕਦੇ ਹੋ, ਆਓ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਹਾਂ। ਗੂਗਲ ਪੇ ਅਤੇ ਫੋਨਪੇ ਦੇ ਰਾਹੀਂ ਇੱਕ ਕਾਫੀ ਸਰਲ ਹੋ ਗਿਆ ਹੈ ਕਿ ਇੱਕ ਦੂਸਰੇ ਨੂੰ ਪੈਸੇ ਭੇਜਣਾ ਅਤੇ ਪੈਸੇ ਖਰਚ ਕਰਨਾ। ਤੁਹਾਨੂੰ ਦੱਸ ਦਈਏ ਕਿ ਹੁਣ ਜੇਕਰ ਤੁਸੀਂ ਇਹ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਕਿੱਥੇ ਅਤੇ ਕਿੰਨਾ ਖਰਚ ਕਰ ਰਿਹਾ, ਤਾਂ UPI ਸਰਕਲ ਇੱਕ ਵਧੀਆ ਵਿਕਲਪ ਹੋ ਸਕਦਾ, ਜਿਸ ਨੂੰ ਗੂਗਲ ਪੇ ਤੋਂ ਬਾਅਦ ਹੁਣ ਫੋਨਪੇ ਦੁਆਰਾ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ NPCI ਦਾ ਨਵਾਂ UPI ਸਰਕਲ ਫੀਚਰ ਤੁਹਾਨੂੰ ਆਪਣੇ ਬੱਚਿਆਂ ਨੂੰ ਆਪਣੇ UPI ਖਾਤੇ ਨਾਲ ਲਿੰਕ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਬਾਅਦ ਬੱਚੇ ਆਪਣੇ ਮਾਤਾ ਪਿਤਾ ਦੇ UPI ਖਾਤੇ ਤੋਂ ਭੁਗਤਾਨ ਕਰ ਸਕਣਗੇ। ਇਸ ਭੁਗਤਾਨ ਵਿੱਚ ਮਾਤਾ ਪਿਤਾ ਦਾ ਨਿਯੰਤਰਣ ਹੋਵੇਗਾ ਕਿ ਉਹ ਬੱਚੇ ਦੇ ਕਿਹੜੇ ਭੁਗਤਾਨ ਨੂੰ ਮਨਜ਼ੂਰ ਕਰਦੇ ਹਨ ਅਤੇ ਕਿਸ ਨੂੰ ਨਹੀਂ। ਇਸ ਫੀਚਰ ਦੇ ਤਹਿਤ ਬੱਚੇ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 15,000 ਰੁਪਏ ਖਰਚ ਕਰ ਸਕਣਗੇ। ET ਦੀ ਰਿਪੋਰਟ ਦੇ ਅਨੁਸਾਰ ਗੂਗਲ ਪੇ ਤੋਂ ਬਾਅਦ ਫੋਨਪੇ ਅਤੇ ਹੋਰ UPI ਪਲੇਟਫਾਰਮਸ ਨੇ ਨਵੇਂ UPI ਸਰਕਲ ਫੀਚਰ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਪੇ ਆਪਣੇ ਬੱਚਿਆਂ ਦੇ ਔਨਲਾਈਨ ਖਰਚ 'ਤੇ ਕਿਵੇਂ ਨਜ਼ਰ ਰੱਖਣਗੇ ਤੁਹਾਨੂੰ ਦੱਸਦੇ ਹਾਂ। UPI ਸਰਲ ਫੀਚਰ ਮਾਪਿਆਂ ਨੂੰ ਦੋ ਤਰ੍ਹਾਂ ਦੇ ਵਿਕਲਪ ਦੇਵੇਗਾ। ਇੱਕ ਵਿਕਲਪ ਹੋਵੇਗਾ ਫੁੱਲ ਡੈਲੀਗੇਸ਼ਨ ਅਤੇ ਦੂਜਾ ਹੋਵੇਗਾ ਪਾਰਟੀਅਲ ਡੈਲੀਗੇਸ਼ਨ। ਡੈਲੀਗੇਸ਼ਨ ਵਿੱਚ ਮਾਪਿਆਂ ਦਾ ਯੂਜ਼ਰ ਉੱਤੇ ਪੂਰਾ ਕੰਟਰੋਲ ਹੋਵੇਗਾ। ਬੱਚਾ UPI ਸਰਕਲ ਰਾਹੀਂ ਔਨਲਾਈਨ ਭੁਗਤਾਨ ਦੀ ਰਿਕੁਐਸਟ ਕਰੇਗਾ, ਜਿਸ ਨੂੰ ਮਾਪਿਆਂ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ। ਜੇਕਰ ਮਾਪੇ ਮਨਜ਼ੂਰੀ ਦਿੰਦੇ ਹਨ ਤਾਂ ਭੁਗਤਾਨ ਕੀਤਾ ਜਾਵੇਗਾ। ਜੇ ਉਹਨਾਂ ਨੂੰ ਲੱਗਦਾ ਹੈ ਕਿ ਬੱਚਾ ਫਜ਼ੂਲ ਖਰਚ ਕਰ ਰਿਹਾ ਹੈ ਤਾਂ ਉਹ ਰਿਕੁਐਸਟ ਨੂੰ ਕੈਂਸਲ ਵੀ ਕਰ ਸਕਦੇ ਨੇ। ਤੁਹਾਨੂੰ ਦੱਸ ਦਈਏ ਕਿ ਫੁੱਲ ਡੈਗੂਲੇਸ਼ਨਸ ਇਹ ਉਹ ਫੀਚਰ ਹੈ ਉਹਨਾਂ ਮਾਪਿਆਂ ਲਈ ਹੈ ਜਿਨ੍ਹਾਂ ਨੂੰ ਆਪਣੇ ਬੱਚਿਆਂ 'ਤੇ ਪੂਰਾ ਭਰੋਸਾ ਹੈ। ਇਸ ਵਿੱਚ ਮਾਤਾ ਪਿਤਾ ਨੂੰ ਬੱਚੇ ਦੀ ਰੇਮੈਂਟ ਰਿਕੁਐਸਟ ਨੂੰ ਮਨਜ਼ੂਰੀ ਦੇਣ ਦੀ ਲੋੜ ਨਹੀਂ ਹੈ। ਬੱਚਾ ਖੁਦ OTP ਦਾਖਲ ਕਰਕੇ ਭੁਗਤਾਨ ਕਰਨ ਦੇ ਯੋਗ ਹੋਵੇਗਾ। ਫਿਲਹਾਲ UPI ਸਰਕਲ UPI ਲਾਈਟ ਨੂੰ ਛੱਡ ਕੇ ਸਾਰੀਆਂ UPI ਭੁਗਤਾਨ ਵਿਧੀਆਂ ਨੂੰ ਸਪੋਰਟ ਕਰਦਾ ਹੈ ਅਤੇ ਸਾਰੇ UPI ਸਰਕਲ ਟ੍ਰਾਂਜੈਕਸ਼ਨਾਂ ਨੂੰ ਗੂਗਲ ਪੇ ਟ੍ਰਾਂਜੈਕਸ਼ਨ ਦੇ ਸਮਾਨ ਟ੍ਰਾਂਜੈਕਸ਼ਨ ਵੇਰਵਿਆਂ ਹਿਸਟਰੀ ਵਿੱਚ ਰਿਕਾਰਡ ਕੀਤਾ ਜਾਂਦਾ ਹੈ। ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸੋ। ਬਿਊਰੋ ਰਿਪੋਰਟ, ZKR TV। ਜੇਕਰ ਤੁਹਾਡੇ ਬੱਚੇ ਵੀ ਫਜ਼ੂਲ ਖਰਚੀ ਕਰਦੇ ਨੇ ਅਤੇ ਔਨਲਾਈਨ ਪੇਮੈਂਟ ਕਰਦੇ ਨੇ, ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਹੋਰ ਆਸਾਨ ਤਰੀਕਾ ਆ ਗਿਆ ਜਿਸ ਦੇ ਨਾਲ ਤੁਹਾਡੇ ਬੱਚੇ ਫਜ਼ੂਲ ਖਰਚੀ ਨਹੀਂ ਕਰਨਗੇ, ਤਾਂ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰੋਕ ਸਕਦੇ ਹੋ, ਆਓ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਹਾਂ। ਗੂਗਲ ਪੇ ਅਤੇ ਫੋਨਪੇ ਦੇ ਰਾਹੀਂ ਇੱਕ ਕਾਫੀ ਸਰਲ ਹੋ ਗਿਆ ਹੈ ਕਿ ਇੱਕ ਦੂਸਰੇ ਨੂੰ ਪੈਸੇ ਭੇਜਣਾ ਅਤੇ ਪੈਸੇ ਖਰਚ ਕਰਨਾ। ਤੁਹਾਨੂੰ ਦੱਸ ਦਈਏ ਕਿ ਹੁਣ ਜੇਕਰ ਤੁਸੀਂ ਇਹ ਵੀ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਕਿੱਥੇ ਅਤੇ ਕਿੰਨਾ ਖਰਚ ਕਰ ਰਿਹਾ ਹੈ, ਤਾਂ UPI ਸਰਕਲ ਇੱਕ ਵਧੀਆ ਵਿਕਲਪ ਹੋ ਸਕਦਾ ਹੈ, ਜਿਸ ਨੂੰ ਗੂਗਲ ਪੇ ਤੋਂ ਬਾਅਦ ਹੁਣ ਫੋਨਪੇ ਦੁਆਰਾ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ NPCI ਦਾ ਨਵਾਂ UPI ਸਰਕਲ ਫੀਚਰ ਤੁਹਾਨੂੰ ਆਪਣੇ ਬੱਚਿਆਂ ਨੂੰ ਆਪਣੇ UPI ਖਾਤੇ ਨਾਲ ਲਿੰਕ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਬਾਅਦ ਬੱਚੇ ਆਪਣੇ ਮਾਤਾ ਪਿਤਾ ਦੇ UPI ਖਾਤੇ ਤੋਂ ਭੁਗਤਾਨ ਕਰ ਸਕਣਗੇ। ਇਸ ਭੁਗਤਾਨ ਵਿੱਚ ਮਾਤਾ ਪਿਤਾ ਦਾ ਨਿਯੰਤਰਣ ਹੋਵੇਗਾ ਕਿ ਉਹ ਬੱਚੇ ਦੇ ਕਿਹੜੇ ਭੁਗਤਾਨ ਨੂੰ ਮਨਜ਼ੂਰ ਕਰਦੇ ਹਨ ਅਤੇ ਕਿਸ ਨੂੰ ਨਹੀਂ। ਇਸ ਫੀਚਰ ਦੇ ਤਹਿਤ ਬੱਚੇ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 15,000 ਰੁਪਏ ਖਰਚ ਕਰ ਸਕਣਗੇ। ET ਦੀ ਰਿਪੋਰਟ ਦੇ ਅਨੁਸਾਰ ਗੂਗਲ ਪੇ ਤੋਂ ਬਾਅਦ ਫੋਨਪੇ ਅਤੇ ਹੋਰ UPI ਪਲੇਟਫਾਰਮਸ ਨੇ ਨਵੇਂ UPI ਸਰਕਲ ਫੀਚਰ ਨੂੰ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਮਾਪੇ ਆਪਣੇ ਬੱਚਿਆਂ ਦੇ ਔਨਲਾਈਨ ਖਰਚ 'ਤੇ ਕਿਵੇਂ ਨਜ਼ਰ ਰੱਖਣਗੇ ਤੁਹਾਨੂੰ ਦੱਸਦੇ ਹਾਂ। UPI ਸਰਲ ਫੀਚਰ ਮਾਪਿਆਂ
ਨੂੰ ਦੋ ਤਰ੍ਹਾਂ ਦੇ ਵਿਕਲਪ ਦੇਵੇਗਾ। ਇੱਕ ਵਿਕਲਪ ਹੋਵੇਗਾ ਫੁੱਲ ਡੈਲੀਗੇਸ਼ਨ ਅਤੇ ਦੂਜਾ ਹੋਵੇਗਾ ਪਾਰਟੀਅਲ ਡੈਲੀਗੇਸ਼ਨ। ਡੈਲੀਗੇਸ਼ਨ ਵਿੱਚ ਮਾਪਿਆਂ ਦਾ ਯੂਜ਼ਰ ਉੱਤੇ ਪੂਰਾ ਕੰਟਰੋਲ ਹੋਵੇਗਾ। ਬੱਚਾ UPI ਸਰਕਲ ਰਾਹੀਂ ਔਨਲਾਈਨ ਭੁਗਤਾਨ ਦੀ ਰਿਕੁਐਸਟ ਕਰੇਗਾ ਜਿਸ ਨੂੰ ਮਾਪਿਆਂ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ। ਜੇਕਰ ਮਾਪੇ ਮਨਜ਼ੂਰੀ ਦਿੰਦੇ ਹਨ ਤਾਂ ਭੁਗਤਾਨ ਕੀਤਾ ਜਾਵੇਗਾ। ਜੇ ਉਹਨਾਂ ਨੂੰ ਲੱਗਦਾ ਹੈ ਕਿ ਬੱਚਾ ਫਜ਼ੂਲ ਖਰਚ ਕਰ ਰਿਹਾ ਹੈ ਤਾਂ ਉਹ ਰਿਕੁਐਸਟ ਨੂੰ ਕੈਂਸਲ ਵੀ ਕਰ ਸਕਦੇ ਨੇ। ਤੁਹਾਨੂੰ ਦੱਸ ਦਈਏ ਕਿ ਫੁੱਲ ਡੈਗੂਲੇਸ਼ਨਸ ਇਹ ਉਹ ਫੀਚਰ ਹੈ ਉਹਨਾਂ ਮਾਪਿਆਂ ਲਈ ਹੈ ਜਿਨ੍ਹਾਂ ਨੂੰ ਆਪਣੇ ਬੱਚਿਆਂ 'ਤੇ ਪੂਰਾ ਭਰੋਸਾ ਹੈ। ਇਸ ਵਿੱਚ ਮਾਤਾ ਪਿਤਾ ਨੂੰ ਬੱਚੇ ਦੀ ਰੇਮੈਂਟ ਰਿਕੁਐਸਟ ਨੂੰ ਮਨਜ਼ੂਰੀ ਦੇਣ ਦੀ ਲੋੜ ਨਹੀਂ ਹੈ। ਬੱਚਾ ਖੁਦ OTP ਦਾਖਲ ਕਰਕੇ ਭੁਗਤਾਨ ਕਰਨ ਦੇ ਯੋਗ ਹੋਵੇਗਾ। ਫਿਲਹਾਲ UPI ਸਰਕਲ UPI ਲਾਈਟ ਨੂੰ ਛੱਡ ਕੇ ਸਾਰੀਆਂ UPI ਭੁਗਤਾਨ ਵਿਧੀਆਂ ਨੂੰ ਸਪੋਰਟ ਕਰਦਾ ਹੈ ਅਤੇ ਸਾਰੇ UPI ਸਰਕਲ ਟ੍ਰਾਂਜੈਕਸ਼ਨਾਂ ਨੂੰ Google Pay ਟ੍ਰਾਂਜੈਕਸ਼ਨ ਦੇ ਸਮਾਨ ਟ੍ਰਾਂਜੈਕਸ਼ਨ ਵੇਰਵਿਆਂ ਹਿਸਟਰੀ ਵਿੱਚ ਰਿਕਾਰਡ ਕੀਤਾ ਜਾਂਦਾ ਹੈ। ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸੋ। ਬਿਊਰੋ ਰਿਪੋਰਟ, ZKR TV।